ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦਾ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ। ਆ ਇੱਕ ਦੋ ਦਿਨਾਂ ਤੋਂ ਜੋ ਮੀਡੀਆ ਦੇ ਵਿੱਚ ਚੱਲ ਰਿਹਾ ਮੈਂ ਵੇਖਿਆ, ਰਾਤ ਵੇਖਿਆ ਮੈਂ, ਕਿਉਂਕਿ ਕਿਸੇ ਕੇਸ ਦੇ ਵਿੱਚ ਬਿਜ਼ੀ ਸੀਗਾ ਤੇ ਮੈਂ ਉਹੀ ਵੀਡੀਓ ਦੇਖੀ ਜਿਹਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਭਰੇ ਹੋਏ ਮਨ ਨਾਲ ਆਪਣੇ ਪਰਿਵਾਰ ਦੇ ਬਾਰੇ ਦੱਸ ਰਹੇ ਆ ਤੇ ਵਿਰਸਾ ਸਿੰਘ ਬਲਟੋਆ ਬਾਰੇ ਦੱਸ ਰਹੇ ਆ ਤੇ ਮੈਂ ਗਲਤ ਨਾ ਹੋਵਾਂ, ਉਹ ਰੋਏ ਵੀ ਆ ਮੀਡੀਆ ਦੇ ਵਿੱਚ, ਉਹਨਾਂ ਨੇ ਰੋ ਕੇ ਗੱਲਬਾਤ ਆਪਣਾ ਪੱਖ ਰੱਖਿਆ। ਇਸ ਤੇ ਵਿਚਾਰ ਕਰਨੀ ਚਾਹੁੰਦਾ ਸੀ ਤੇ ਸੁਨੇਹਾ ਦੇਣਾ ਚਾਹੁੰਦਾ ਸੀ। ਇਹ ਸੁਨੇਹਾ ਸਾਰੇ ਪੰਥ ਨੂੰ ਵੀ ਆ, ਮੌਜੂਦਾ ਜਿਹੜੇ ਜਥੇਦਾਰ ਲਾਏ ਗਏ ਨੇ SGPC ਵੱਲੋਂ ਅਕਾਲ ਤਖ਼ਤ ਸਾਹਿਬ ਤੇ ਗਿਆਨੀ ਰਘਵੀਰ ਸਿੰਘ ਜੀ ਤੇ ਦੰਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਵਿਰਸਾ ਸਿੰਘ ਬਲਟੋਆ ਨੂੰ ਵੀ ਇਹਦੇ ਵਿੱਚ ਸੁਨੇਹਾ ਦੇਵਾਂਗੇ। ਮੈਂ ਇਹ ਕਹਿਣਾ ਚਾਹੁੰਦਾ ਵੀ ਸੰਗਤ ਨੂੰ ਵੀ ਪਤਾ ਵੀ ਮੈਂ ਸਟੇਜਾਂ ਤੋਂ ਕਈ ਵਾਰ ਜਥੇਦਾਰਾਂ ਖਿਲਾਫ਼ ਬੋਲਿਆ, ਪਰ ਉਹ ਮੈਂ ਉਹਨਾਂ ਦੀ ਨਿੰਦਾ ਨਹੀਂ ਕੀਤੀ, ਜੋ ਸੱਚਾਈ ਸੀ ਜੋ ਸਮੇਂ ਦਾ ਸੱਚ ਸੀ ਉਹ ਮੈਂ ਬੋਲਿਆ। ਤੁਸੀਂ ਮੌਜੂਦਾ ਕਾਗਜ਼ਾਂ ਦੇ ਵਿੱਚ ਜਥੇਦਾਰ ਹੋ, ਤਖ਼ਤ ਸਾਹਿਬਾਨਾਂ ਦੇ ਸਿੱਖਾਂ ਦੇ ਤਖ਼ਤਾਂ ਦੇ ਜਥੇਦਾਰ ਹੋ ਤੁਸੀਂ। ਮੈਂ ਪਿੱਛੇ ਜੇ ਇੱਕ ਕੇਸ ਦੇ ਵਿੱਚ ਕਾਨਫਰੰਸ ਕੀਤੀ ਜਿਹਦੇ ਵਿੱਚ ਮੈਂ ਰੋਇਆ ਸੀ, ਇਹ ਕੋਈ ਝੂਠੀ ਗੱਲ ਨਹੀਂ ਹੈ ਵੀ ਮੈਂ ਰੋਇਆ ਨਹੀਂ, ਮੈਂ ਰੋਇਆ ਸੀ ਤੇ ਮੈਂ ਕਿਸੇ ਡਰ ਕਰਕੇ ਨਹੀਂ ਰੋਇਆ ਸੀ, ਨਾ ਮੈਂ ਕਿਸੇ ਤੋਂ ਡਰਾਂ ਅੱਜ ਤੇ ਨਾ ਡਰਾਂ ਕਿਸੇ ਤੋਂ ਕੱਲ੍ਹ। ਮੈਂ ਰੋਇਆ ਸੀ ਸਿੱਖਾਂ ਦੇ ਅੱਜ ਦੇ ਹਾਲਾਤਾਂ ਨੂੰ ਦੇਖ ਕੇ, ਮੈਂ ਰੋਇਆ ਸੀ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ, ਮੈਂ ਰੋਇਆ ਸੀ ਵੀ ਸਾਡੇ ਜਥੇਦਾਰ ਚੁੱਪ ਨੇ, ਤਾਂ ਰੋਇਆ ਸੀ ਮੈਂ। ਤੇ ਮੈਨੂੰ ਲੱਗਦਾ ਉਹ ਰੋਣਾ ਹੁਣ ਜਾਇਜ਼ ਆ, ਕਿਉਂਕਿ ਜਿਨ੍ਹਾਂ ਤੋਂ ਅਸੀਂ ਆਸ ਰੱਖੀ ਬੈਠੇ ਸੀ ਅੱਜ ਉਹ ਵੀ ਰੋਪੇ। ਤੁਸੀਂ ਜਥੇਦਾਰ ਸਾਹਿਬ ਹੋਵੋ, ਤਖ਼ਤ ਸਾਹਿਬਾਨਾਂ ਦੇ, ਤੇ ਮੀਡੀਆ ਦੇ ਵਿੱਚ ਰੋਪੋ। ਅਸਲ ਦੇ ਵਿੱਚ ਰੋਣਾ ਹੀ ਇਸ ਗੱਲ ਦਾ ਵਾ ਵੀ ਤੁਸੀਂ ਆਪਣੇ ਅਹੁਦੇ ਦੀ ਪਹਿਚਾਣ ਨਹੀਂ ਰੱਖਦੇ ਵੀ ਤੁਹਾਡੇ ਕੋਲ ਤਾਕਤ ਕੀ ਆ। ਵਿਰਸਾ ਸਿੰਘ ਬਲਟੋਹਾ ਦੇ ਮਸਲੇ ਦੇ ਵਿੱਚ ਜੇ ਤੁਹਾਨੂੰ ਕਿਸੇ ਫੋਨ ਤੋਂ ਕਿਸੇ ਸੋਸ਼ਲ ਮੀਡੀਆ ਆਈਡੀਆਂ ਤੋਂ ਪੇਜਾਂ ਤੋਂ ਤੁਹਾਡੇ ਪਰਿਵਾਰ ਦੇ ਬਾਰੇ ਪੁੱਛਗਿੱਛ ਹੋਈ ਆ ਜਾਂ ਚੰਗਾ ਮਾੜਾ ਬੋਲਿਆ ਗਿਆ, ਤੇ ਅਸੀਂ ਇਹ ਕਹਿ ਦੇਣਾ ਚਾਹੁੰਦੇ ਹਾਂ ਵੀ ਤੁਸੀਂ ਸਾਡੇ ਜਥੇਦਾਰ ਸਾਹਿਬ ਹੋ, ਤੁਹਾਡੇ ਪਰਿਵਾਰ ਨੂੰ ਨਹੀਂ ਬੋਲਿਆ, ਕੌਮ ਦੇ ਪਰਿਵਾਰ ਨੂੰ ਬੋਲਿਆ। ਤੁਹਾਡਾ ਫਰਜ਼ ਸੀ ਤੁਸੀਂ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੁੰਦੇ, ਉੱਥੋਂ ਪੰਥ ਨੂੰ ਇਕੱਠੇ ਹੋਣ ਦੀ ਆਵਾਜ਼ ਦਿੰਦੇ ਤੇ ਪੰਥ ਨੇ ਜ਼ਰੂਰ ਪਹੁੰਚਣਾ ਸੀ। ਤੁਸੀਂ ਜਥੇਦਾਰ ਹੋਵੋ ਸਿੱਖਾਂ ਦੇ, ਪੰਥ ਦੇ, ਕੌਮ ਦੇ ਜਥੇਦਾਰ ਹੋਵੋ ਤੁਸੀਂ, ਚਾਹੇ ਕੁਛ ਕੁ ਮੰਨਦੇ ਆ ਕੁਛ ਕੁ ਨਹੀਂ ਮੰਨਦੇ, ਮੈਂ ਵੀ ਨਾ ਮੰਨਣ ਵਾਲਿਆਂ 'ਚ ਹੀ ਹਾਂ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਜਦੋਂ ਜਦੋਂ ਸਿੱਖਾਂ ਨੂੰ ਲੋੜ ਪਈ, ਜਦੋਂ ਜਦੋਂ ਜੁਝਾਰੂ ਸਿੰਘਾਂ ਨੂੰ ਲੋੜ ਪਈ, ਜੇਲ੍ਹਾਂ 'ਚ ਬੰਦ ਨਜ਼ਰਬੰਦ ਸਿੰਘਾਂ ਨੂੰ ਲੋੜ ਪਈ, ਜਿਹੜਾ ਤੁਸੀਂ ਰੋਲ ਅਦਾ ਕਰਨਾ ਸੀ ਉਹ ਤੁਸੀਂ ਕੀਤਾ ਨਹੀਂ ਹੈ, ਰੋਸਾ ਤੁਹਾਡੇ ਨਾਲ ਸਾਡਾ ਹੈ। ਪਰ ਜਿੱਥੇ ਗੱਲ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਇੱਜ਼ਤ ਦੀ ਤੇ ਪਰਿਵਾਰਾਂ ਦੀ ਤੇ ਪੱਗ ਦੀ ਆਉਂਦੀ ਆ, ਉੱਥੇ ਅਸੀਂ ਵੀ ਚੁੱਪ ਕਰਕੇ ਨਹੀਂ ਬੈਠਾਂਗੇ। ਤੁਹਾਡੇ ਨਾਲ ਰੋਸਾ ਕਿਸੇ ਨਿੱਜੀ ਮਸਲੇ ਨੂੰ ਜਾਂ ਪੰਥਕ ਮਸਲੇ ਨੂੰ ਹੋ ਸਕਦਾ, ਪਰ ਇਸ ਮਸਲੇ ਦੇ ਵਿੱਚ ਸਾਡਾ ਤੁਹਾਡੇ ਨਾਲ ਕੋਈ ਰੋਸਾ ਨਹੀਂ ਹੈ, ਤੁਹਾਨੂੰ ਰੋਣਾ ਨਹੀਂ ਚਾਹੀਦਾ ਸੀ। ਜੇ ਤੁਸੀਂ ਸਾਡੇ ਪੰਥ ਦੇ ਆਗੂ ਹੋ ਕੇ ਰੋ ਪਏ ਤੇ ਫਿਰ ਪੰਥ ਦਾ ਬਣੂਗਾ ਕੀ ਸਿੱਖਾਂ ਦਾ? ਜੇ ਸਾਡੇ ਤੇ ਕਿਸੇ ਗੈਰ ਕਿਸੇ ਹੋਰ ਧਰਮ ਨੇ ਕਿਸੇ ਹੋਰ ਦੇਸ਼ ਨੇ ਸਿੱਖਾਂ ਦੇ ਉੱਤੇ ਚੜ੍ਹਾਈ ਕਰ ਲਈ ਤੇ ਸਿੱਖਾਂ ਨੇ ਤਾਂ ਆਪਦੇ ਜਥੇਦਾਰਾਂ ਦੇ ਪਿੱਛੇ ਤੁਰਨਾ ਹੁੰਦਾ ਤੇ ਸਾਡਾ ਜਥੇਦਾਰ ਤਾਂ ਘੋੜੇ ਤੋਂ ਉਤਰ ਕੇ ਰੋਣ ਲੱਗ ਗਿਆ ਪਹਿਲਾਂ ਹੀ ਅੱਖਾਂ 'ਚ ਘਸੁੰਨ ਦੇ ਕੇ। ਇਹ ਗੱਲ ਨਹੀਂ ਹੋਣੀ ਚਾਹੀਦੀ ਸੀ। ਤੁਸੀਂ ਕੌਮ ਦੇ ਜਥੇਦਾਰ ਹੋ, ਤੁਸੀਂ ਤਖ਼ਤ ਸਾਹਿਬਾਨਾਂ ਦੇ ਮੌਜੂਦਾ ਜਥੇਦਾਰ ਹੋ, ਤੁਸੀਂ ਅਸਤੀਫਾ ਦੇ ਕੇ ਨਾ ਭੱਜੋ, ਤੁਸੀਂ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਮਾਰੋ। ਜੁਝਾਰੂ ਸਿੰਘ ਬਥੇਰੇ ਸਿੱਖ ਬੈਠੇ ਇੱਥੇ ਸਿਰ ਤੇ ਧੜ ਦੀ ਬਾਜੀ ਲਾਉਣ ਵਾਲੇ, ਅਸੀਂ ਆਵਾਂਗੇ। ਤੁਹਾਡੇ ਬਾਰੇ ਕਿਵੇਂ ਕੋਈ ਗਲਤ ਬਿਆਨਬਾਜ਼ੀ ਦੇ ਜੇ ਤੁਹਾਡੇ ਪਰਿਵਾਰ ਬਾਰੇ? ਇਹ ਵੀ ਛੱਡੋ ਵੀ ਅਸੀਂ ਇੱਕ ਜਥੇਦਾਰ ਸਾਹਿਬ ਦੇ ਪਾਸੇ ਕਰਕੇ ਮੈਟਰ ਵੀ ਇੱਕ ਸਿੱਖ ਦੇ ਜਿਹਨੇ ਬਤੌਰ ਜਥੇਦਾਰੀ ਨਿਭਾਈ ਹੋਵੇ ਤੇ ਉਹਦੇ ਪਰਿਵਾਰ ਦੇ ਉਹਦੀਆਂ ਧੀਆਂ ਭੈਣਾਂ ਨੂੰ ਮਾੜਾ ਚੰਗਾ ਕਿਵੇਂ ਕੋਈ ਬੋਲਦੇ? ਚਾਹੇ ਉਹ ਸਿੱਖ ਹੋਵੇ ਚਾਹੇ ਗੈਰ ਸਿੱਖ ਹੋਵੇ ਕਿਵੇਂ ਬੋਲਦੇ? ਗਿਆਨੀ ਹਰਪ੍ਰੀਤ ਸਿੰਘ ਜੀ ਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ, ਜੇ ਤੁਹਾਡੀ ਕਰਤਾਰ ਖੁਸ਼ੀ ਅਸਲ ਦੇ ਵਿੱਚ ਹੋਈ ਆ, ਤੁਸੀਂ ਰੋਵੋ ਨਾ ਗਿਆਨੀ ਜੀ। ਜਥੇਦਾਰ ਜੀ, ਤੁਸੀਂ ਪੰਥ ਨੂੰ ਆਵਾਜ਼ ਮਾਰੋ, ਪੰਥ ਇਕੱਠਾ ਹੋਊਗਾ। ਜੇ ਤੁਸੀਂ ਨਹੀਂ ਆਵਾਜ਼ ਮਾਰਨੀ, ਤੁਸੀਂ ਸਾਨੂੰ ਫੋਨ ਲਾਓ, ਸਾਨੂੰ ਮੈਸੇਜ ਕਰੋ ਇੱਕ ਵਾਰੀ ਵੀ ਤੁਹਾਡੇ ਪਰਿਵਾਰ ਨੂੰ, ਤੁਹਾਡੀਆਂ ਧੀਆਂ ਨੂੰ, ਅਸਲ ਦੇ ਵਿੱਚ ਉਹ ਤੁਹਾਡੀਆਂ ਨਹੀਂ, ਉਹ ਸਾਡੀਆਂ ਧੀਆਂ ਸਾਡੀਆਂ ਹੀ ਭੈਣਾਂ, ਤੇ ਸਾਨੂੰ ਪ੍ਰੂਫ ਸੈਂਡ ਕਰੋ ਵੀ ਬਲਟੋਏ ਵਰਗਿਆਂ ਨੇ ਆਹ ਗੱਲਬਾਤ ਕੀਤੀ ਆ ਪਰਿਵਾਰ ਨਾਲ, ਤੇ ਅਸੀਂ ਤੁਹਾਨੂੰ ਕਹਿੰਦੇ ਹਾਂ ਬਲਟੋਏ ਹੋਣਾ ਦੀ ਕੀ ਕਾਰਤ, ਅਸੀਂ ਬੰਨ ਕੇ ਲਿਆ ਕੇ ਬਲਟੋਆ ਅਕਾਲ ਤਖ਼ਤ ਸਾਹਿਬ ਤੇ ਸੁੱਟ ਦਾਂਗੇ।
ਏਦਾਂ ਦਾ ਭਲ ਕੇ ਹੋਰਾਂ ਕੌਮਾਂ ਦੇ ਬੰਦਿਆਂ ਨੂੰ, ਹੋਰਾਂ ਜਿਹੜੇ ਲੀਡਰਾਂ ਨੂੰ ਜਾਂ ਹੋਰ ਦੇਸ਼ਾਂ ਦੇ ਬੰਦਿਆਂ ਨੂੰ, ਅਕਾਲ ਤਖ਼ਤ ਸਾਹਿਬ ਦੇ ਜਾਂ ਹੋਰ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਪਰਿਵਾਰਾਂ ਬਾਰੇ ਤੇ ਫਿਰ ਨਿੰਦਾ ਗਾਲਾਂ ਗਾਲੀ ਗਲੋਚ ਕਰਨਾ ਜਾਂ ਉਹਨਾਂ ਦੀ ਰੈਕੀ ਕਰਨੀ ਬਹੁਤ ਸੌਖੀ ਆ। ਜੇ ਤੁਸੀਂ ਇੱਕ ਅਕਾਲੀ ਦਲ ਦੇ ਬੈਲਟ ਵਿੱਚੋਂ ਇੱਕ ਵਿਰਸਾ ਸਿੰਘ ਬਲਟੋਆ ਤੁਸੀਂ ਡਰ ਗਏ। ਅਸਲ ਦੇ ਵਿੱਚ ਬੰਦਾ ਰੋਂਦਾ ਇਸ ਕਰਕੇ ਹੀ ਆ, ਤੁਹਾਨੂੰ ਘਰ ਦੇ ਨਾਲ ਮੋਹ ਆ ਤੇ ਜਥੇਦਾਰ ਨੂੰ ਤਾਂ ਮੋਹ ਹੋਣਾ ਹੀ ਨਹੀਂ ਚਾਹੀਦਾ। ਇੱਥੇ ਸਿੱਖਾਂ ਦਾ ਹੋਵੇ ਜਥੇਦਾਰ, ਉਹਨਾਂ ਦੇ ਪਰਿਵਾਰਾਂ ਨੂੰ ਸ਼ਹੀਦ ਕੀਤਾ ਜਾਂਦਾ ਮਹਾਰਾਜ, ਉਹਨਾਂ ਦੇ ਬੱਚਿਆਂ ਨੂੰ ਸੂਲੀ ਤੇ ਚਾੜਿਆ ਜਾਂਦਾ, ਜਥੇਦਾਰਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਉਹਨਾਂ ਦੇ ਸਿਰ ਕਲਮ ਕੀਤੇ ਜਾਂਦੇ ਆ, ਜਥੇਦਾਰਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਇੱਥੇ ਉਬਲਦੀਆਂ ਦੇਗਾਂ ਵਿੱਚ ਵੀ ਸਿੱਟਿਆ ਜਾਊਗਾ। ਜੇ ਪਰਿਵਾਰਾਂ ਨਾਲ ਮੋਹ ਆ ਕੋਈ ਅਗਲਾ ਜਥੇਦਾਰ ਉਹ ਨਾ ਲਾਇਓ ਫਿਰ ਅਕਾਲ ਤਖ਼ਤ ਸਾਹਿਬ ਜਾਂ ਹੋਰ ਤਖ਼ਤ ਸਾਹਿਬਾਨਾਂ ਤੇ ਜਿਨ੍ਹਾਂ ਨੂੰ ਪਰਿਵਾਰ ਨਾਲ ਮੋਹ ਆ। ਤੁਸੀਂ ਮਾੜਾ ਜਿਹਾ ਸਿੱਖਾਂ ਨੂੰ ਆਵਾਜ਼ ਤਾਂ ਮਾਰੋ ਤਖ਼ਤਾਂ ਤੋਂ ਖੜ ਕੇ ਵੀ ਤੁਹਾਡੇ ਪਰਿਵਾਰ ਦੀ ਕਿਰਦਾਰ ਖੁਸ਼ੀ ਹੋਈ ਆ, ਤੁਹਾਡੇ ਪਰਿਵਾਰਾਂ ਨੂੰ ਗਾਲੀਆਂ ਕੱਢੀਆਂ ਗਈਆਂ, ਤੁਹਾਨੂੰ ਕੁਛ ਮੰਦਾ ਚੰਗਾ ਬੋਲਿਆ ਗਿਆ, ਤੁਸੀਂ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਕਰਨੀਆਂ ਛੱਡੋ, ਸਿੱਧੇ ਹੋ ਕੇ ਗਰਾਊਂਡ ਦੇ ਵਿੱਚ ਮੈਦਾਨ ਦੇ ਵਿੱਚ ਉਤਰੋ, ਅਸੀਂ ਜ਼ਰੂਰ ਆਵਾਂਗੇ। ਜੋ ਕੁਛ ਸਾਡੇ ਨਾਲ ਇਸ ਲੈਣ ਦੇ ਵਿੱਚ ਚੱਲਦੇ ਹੋਇਆ ਉਸ ਚੀਜ਼ ਨੂੰ ਪਾਸੇ ਰੱਖ ਕੇ, ਸਾਡਾ ਸਾਥ ਦਿੱਤਾ ਨਹੀਂ ਦਿੱਤਾ ਉਸ ਚੀਜ਼ ਨੂੰ ਪਾਸੇ ਛੱਡ ਕੇ, ਅੱਜ ਦੇ ਮੌਜੂਦਾ ਹਾਲਾਤ ਸੰਬੰਧੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਬਹੁਤ ਮਾੜੀ ਗੱਲ ਆ। ਸਿੱਖਾਂ ਦੇ ਇਤਿਹਾਸ ਦੇ ਵਿੱਚ ਇਹ ਲਿਖਿਆ ਜਾਊਗਾ, ਇਹ ਰਿਕਾਰਡ ਚਾੜਿਆ ਜਾਊਗਾ ਵੀ ਸਿੱਖਾਂ ਦੇ ਸੀਗੇ ਜਥੇਦਾਰ 2023-24 ਵਾਲੇ, ਇਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਪਹਿਲਾਂ ਕਾਰਜਕਾਰੀ ਜਥੇਦਾਰ ਰਹੇ ਹੋਣ ਅਕਾਲ ਤਖ਼ਤ ਸਾਹਿਬ ਦੇ, ਤੇ ਉਹ ਰੋ ਪਏ ਇਸ ਗੱਲੋਂ ਵੀ ਮੇਰੇ ਪਰਿਵਾਰ ਦੀ ਕਿਰਦਾਰ ਖੁਸ਼ੀ ਹੋਈ ਕੀਤੀ ਆ ਤੇ ਉਹਨਾਂ ਨੇ ਅਸਤੀਫਾ ਦੇ ਤਾ ਜਥੇਦਾਰੀ ਤੋਂ। ਜੇ ਤੁਸੀਂ ਕਿਸੇ ਬੰਦੇ ਵੱਲੋਂ ਦੁਖੀ ਦੇ ਬੰਦੇ ਵੱਲੋਂ ਆਪਣੇ ਪਰਿਵਾਰ ਬਾਰੇ ਮਾੜਾ ਸੁਣ ਕੇ ਤੇ ਤੁਸੀਂ ਆਪਦੇ ਅਹੁਦੇ ਤੋਂ ਭੱਜਦੇ ਹੋਵੋਗੇ, ਫਿਰ ਆਉਣ ਵਾਲੀਆਂ ਜੰਗਾਂ ਬਾਰੇ ਅਸੀਂ ਸਿੱਖ ਕੀ ਇਹ ਹਿਸਾਬ ਕਿਤਾਬ ਲਾਈਏ ਵੀ ਅਸੀਂ ਕੀ ਕਰਾਂਗੇ। ਬੇਨਤੀ ਆ ਤੁਸੀਂ ਮੌਜੂਦਾ ਜਥੇਦਾਰ ਹੋ, ਚਾਹੇ ਕਾਗਜ਼ਾਂ 'ਚੋਂ ਹੋ ਚਾਹੇ SGPC ਵੱਲੋਂ ਲਾਏ ਹੋਵੋ, ਇਹ ਮਹਾਰਾਜ ਦੀ ਖੇਡ ਆ ਜਿਵੇਂ ਵੀ ਹੋ, ਪਰ ਤੁਸੀਂ ਹੁਣ ਜਥੇਦਾਰ ਉੱਥੇ ਬੈਠੇ ਹੋ ਤਖ਼ਤ ਤੇ। ਮੈਂ 5 ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ, ਮੌਜੂਦਾ ਜਥੇਦਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ, ਤੁਸੀਂ ਦੁਬਾਰਾ ਕੇਸੀ ਇਸ਼ਨਾਨ ਕਰਕੇ ਬੁੱਢੇ ਦਲ ਦੇ ਵਿੱਚੋਂ ਅੰਮ੍ਰਿਤ ਛਕੋ, ਪਜਾਮੀਆਂ ਨੂੰ ਪਾਸੇ ਕਰਕੇ ਗੋਡਿਆਂ ਤੋਂ ਥੱਲੇ ਕਛਹਿਰੇ ਕਰ ਲਓ, ਨੀਲੇ ਬਾਣੇ ਧਾਰਨ ਕਰੋ, ਆਹ ਹਾਲੀਆਂ ਅੰਗਰੇਜ਼ਾਂ ਵਾਲੀਆਂ ਪਗੜੀਆਂ ਨੂੰ ਪਾਸੇ ਕਰਕੇ ਦਮਾਲੇ ਸਜਾਓ, ਚੰਦ ਤੋੜੇ ਲਾਓ, 5-5 ਚੱਕਰ ਲਾਓ ਸਿਰਾਂ ਦੇ ਦਮਾਲਿਆਂ ਦੇ ਉੱਤੇ, ਕਿਰਪਾਨਾਂ ਨੂੰ ਪਾਲੋ ਗਾਤਰੇ ਤੇ ਅਕਾਲ ਤਖ਼ਤ ਸਾਹਿਬ ਤੋਂ ਮਾਰੋ ਆਵਾਜ਼ ਤੇ ਬਲਟੋਏ ਅਰਗੇ ਤੁਹਾਡੇ ਪੈਰਾਂ 'ਚ ਹੋਣਗੇ, ਜੇ ਨਾ ਹੋਇਆ ਤੇ ਸਾਡਾ ਨਾਂ ਬਦਲ ਦਿਓ ਜਾਂ ਸਾਡਾ ਸਿਰ ਕਲਮ ਕਰ ਦਿਓ। ਅਸਲ ਦੇ ਵਿੱਚ ਤੁਸੀਂ ਆਪਦੀ ਪਾਵਰ ਨੂੰ ਨਹੀਂ ਪਛਾਣ ਰਹੇ, ਅਸਲ ਦੇ ਵਿੱਚ ਤੁਹਾਨੂੰ ਪਤਾ